ਪਿੰਡ ਨੋਟਪੁਰ ਵਿੱਚ 1-2-24 ਨੂੰ ਰਾਤ ਨੂੰ ਕੋਈ 11-12 ਵਜੇ ਕਰੀਬ ਦੋ ਕ੍ਰਿਸ਼ਨ ਬਰਾਦਰੀ ਦੇ ਆਪਸ 'ਚ ਪਰਿਵਾਰ ਸੀ, ਇਹ ਝਗੜੇ ਸੀ, ਇਹਨਾਂ ਦੇ ਆਪ ਵੱਟੋ ਵੱਟੀ ਹੋਏ ਸੀ। ਉਹਦੇ ਵੀ ਨਾਲ ਹੀ ਗੁਰਦੁਆਰਾ ਸਾਹਿਬ ਪੈਂਦਾ, ਉਹਨਾਂ ਗੁਰਦੁਆਰੇ ਦੇ ਨਾਲ ਵੀ ਉਹਨਾਂ ਵੀ ਨਾਲ ਇਨਵੋਲਵ ਕੀਤਾ। ਉਹਦੇ ਵਿੱਚ ਗੁਰਦੁਆਰੇ ਦੇ ਉੱਪਰ ਛੱਤ ਚੜ੍ਹੇ ਹੋਰ ਕੀਤਾ। ਗੁਰਦੁਆਰਾ ਦੀ ਕਮੇਟੀ ਵੱਲੋਂ ਹੁਣ ਦਰਖਾਸਤ ਪ੍ਰਾਪਤ ਹੋਈ ਹੈ, ਅਸੀਂ ਬੰਦੀ ਕਾਰਜ ਕਰਾਂਗੇ। ਕੋਈ ਅਰੈਸਟ ਕੋਈ ਹਾਲੇ ਤਾਂ ਅਸੀਂ ਮੌਕੇ 'ਤੇ ਹੈਗੇ ਹਾਂ, ਅਸੀਂ ਮੌਕੇ ਜਾਇਜ਼ਾ ਲੈ ਰਹੇ ਹਾਂ ਅਤੇ ਇਸ ਤੋਂ ਬਾਅਦ ਅਸੀਂ ਕਾਰਵਾਈ ਕਰਨ ਅਰੈਸਟ ਵੀ ਕਰਾਂਗੇ। ਕਾਰਵਾਈ ਸਰ ਕਿਹੜੀ? ਜੋ ਬੰਦੀ ਕਾਰਜ ਕਰਾਂ ਕਾਨੂੰਨ ਸਾਹਿਬ। ਠੀਕ ਹੈ, ਇਹ ਦੇਖੋ ਮੈਂ ਸਮਝਦਾ ਫਿਰ ਬਹੁਤ ਮਾੜੀ ਗੱਲ ਅਤੇ ਇਹ ਜਿਹੜੀ ਅੱਜ ਇਹ ਕਿਉਂ ਹੋ ਰਹੀ ਹੈ ਇਹਦੇ ਪਿੱਛੇ ਕਾਰਨ ਆ। ਜਿੰਨੀਆਂ ਵੀ ਬੇਅਦਬੀਆਂ ਹੋਈਆਂ ਹੁਣ ਤੱਕ ਕਿਸੇ ਨੂੰ ਸਜ਼ਾ ਨਹੀਂ ਮਿਲੀ, ਅਤੇ ਆਹ ਜਿਹੜੀਆਂ ਹੁਣ ਸਰਕਾਰਾਂ ਸਾਥ, ਪਹਿਲਾਂ 5 ਸਾਲ ਕਾਂਗਰਸ ਦੀ ਰਹੀ ਗੁਟਕਾ ਫੜ ਕੇ ਸੌਂ, ਉਦੋਂ ਬਾਅਦ ਆ ਦੂਜੀ ਆ ਗਈ, ਫਿਰ ਹੋਇਆ ਕੁਝ ਵੀ ਨਹੀਂ। ਅਤੇ ਮੈਂ ਅਕਸਰ ਇਹ ਗੱਲ ਕਹਿੰਦਾ ਵੀ ਇਹ ਜੇ ਹੁਣ ਬੇਅਦਬੀਆਂ ਹੋ ਰਹੀਆਂ, ਜੇ ਪਿੱਛੇ ਬੇਅਦਬੀਆਂ ਹੋਈਆਂ ਤਾਂ ਇਹਦਾ ਮਤਲਬ ਇਹ ਹੋਣ ਵਾਲੀਆਂ ਬੇਅਦਬੀਆਂ ਪਿਛਲੇ ਵਾਲੀ ਬੇਅਦਬੀ ਨਾਲੇ ਜੋੜ ਦਈਏ। ਇਹ ਸਰਕਾਰ ਨੂੰ ਅੱਖਾਂ ਖੋਲ੍ਹ ਕੇ ਚੱਲਣਾ ਚਾਹੀਦਾ। ਮੈਂ ਤਾਂ ਆਪ ਵੀ ਕਹਿੰਦਾ ਕਿ ਸਖ਼ਤ ਕਾਨੂੰਨ ਇਹਦੇ ਵਿੱਚ ਬਣਨੇ ਚਾਹੀਦੇ ਆ। ਔਰ ਜੇ ਆ ਪਿੱਛੇ ਹੁਣ ਅਨੰਦਪੁਰ ਸਾਹਿਬ ਹੋਈ ਉਹ ਘਟਨਾ ਦੇ ਵਿੱਚ ਅਸੀਂ ਆਪ ਪੈਰਵਾਈ ਕੀਤੀ, ਸ਼੍ਰੋਮਣੀ ਕਮੇਟੀ ਨੇ 5 ਸਾਲ ਉਹਨੂੰ ਕੈਦ ਹੋਈ, ਕੈਦ ਤਾਂ 5 ਸਾਲ ਕੁਝ ਵੀ ਨਹੀਂ ਗਈ। ਤਾਂ ਜੇ ਇਹਦੇ ਵਿੱਚ ਕੈਪੀਟਲ ਪਨਿਸ਼ਮੈਂਟ ਹੋਵੇ ਫਿਰ ਬੰਦਾ ਸੋਚ ਕੇ ਹੱਥ ਪਾਊਗਾ। ਸੋ ਉਹਨਾਂ ਦੀਆਂ ਲੜਾਈਆਂ ਨਿੱਜੀ ਲੜਾਈਆਂ ਤਾਂ ਗੁਰੂ ਘਰ ਦੇ ਵਿੱਚ, ਕਿਉਂ ਗੁਰੂ ਘਰ ਤਾਂ ਸਾਰਿਆਂ ਨੂੰ ਜੋੜਦਾ, ਅਤੇ ਜੇ ਆਪਾਂ ਆ ਕੇ ਗੁਰੂ ਘਰ ਦੇ ਉੱਥੇ ਇਵੇਂ ਦੀਆਂ ਗੱਲਾਂ ਨਰਾਦਰ ਦੀਆਂ ਗੱਲਾਂ ਕਰਨੀਆਂ ਤਾਂ ਮੈਂ ਸਮਝਦਾ ਸਮਾਜ ਦੀ ਵੀ ਲਾਹਣਤ ਪੈਣੀ ਆ ਅਤੇ ਗੁਰੂ ਕੋਲੋਂ ਵੀ ਫਿਰ ਖੁਸ਼ੀ ਨਹੀਂ ਮਿਲਣੀ, ਫਿਰ ਤਾਂ ਜੋ ਕੁਛ ਲੈ ਕੇ ਆਉਂਗੇ ਉਹ ਹੀ ਮਿਲੂ।